14 ਤਬਕਾਂ ਦਾ ਚਾਨਣ ਹੋਇਆ ਮੂੰਹੋਂ ਅਨਲ ਹੱਕ ਫਰਮਾਇਆ। ਅਨਲ ਹੱਕ ਅਲਫ ਦੇ ਨਾਂ, ਅਲਫ ਦੇ ਨਾਂ, ਤੇ ਉਹਦੀ ਭੈਣ ਦਾ ਨਾਂ ਸੀ ਬੀਬੀ ਐਨਲ ਐਨ ਦੇ ਨਾਂ। ਲਓ ਜੀ, ਫੜ ਕੇ ਪਿਆਲਾ ਸ਼ਾਹ ਮਨਸੂਰ ਨੇ ਮੂੰਹ ਆਪਣੇ ਨੂੰ ਲਾਇਆ। 14 ਤਬਕਾਂ ਦਾ ਚਾਨਣ ਹੋਇਆ ਮੂੰਹੋਂ ਅਨਲ ਹੱਕ ਫਰਮਾਇਆ। ਲਓ ਜੀ, ਬਾਬਾ ਸਿਫਤਾ ਤੇਰੀਆਂ, ਤੇਰਾ ਭੇਤ ਨਿਆਰਾ, ਅਨਲ ਹੱਕ ਆਵਾਜ਼ਾਂ ਬੋਲੇ ਸ਼ਾਹ ਮਨਸੂਰ ਪਿਆਰਾ। ਦਮ ਦਮ ਐਨਲ ਹੱਕ ਦਾ ਕਰਦਾ ਸ਼ੋਰ ਪੁਕਾਰਾ, ਪੀਤਾ ਨਸ਼ਾ ਹਕੀਕੀ ਰੰਗਲਾ ਹੋ ਗਿਆ ਬੇਮੁਹਾਰਾ। ਅਨਲ ਹੱਕ ਦੇ ਬਾਨੇ ਮੈਂ ਖੁਦ ਖੁਦਾ ਹਾਂ ਯਾਰਾ। ਐਨਲ ਬੀਬੀ ਭੈਣ ਸੀ ਉਹਦੀ, ਉਹਦਾ ਨਾਂ ਪਿਆਰਾ। ਐਨ ਅਲਫ ਦਾ ਫਰਕ ਨਾ ਜਾਣਨ, ਐਵੇਂ ਭੁੱਲਿਆ ਫਿਰੇ ਸੰਸਾਰਾ। ਲੋਕੀ ਐਵੇਂ ਗੱਲਾਂ ਕਰਦੇ ਮਸਲਾ ਸ਼ਰਦ ਦੇ ਪਾਰਾ, ਭੈਣ ਦੇ ਉੱਤੇ ਆਸ਼ਕ ਹੋ ਗਿਆ ਦੁਨੀਆਂ ਕਰੇ ਪੁਕਾਰਾ। ਵਿੱਚੋਂ ਰਮਜ਼ਾ ਹਕੀਕੀ ਕੋਈ ਨਾ ਜਾਣੇ ਇਹਨੂੰ ਸਮਝੇ ਸਮਝਣ ਹਾਰਾ। ਲਓ ਜੀ, ਇਸ ਕਲਮੇ ਦੇ ਬੋਲਣ ਕਾਰਨ ਫੜਿਆ ਗਿਆ ਵਿਚਾਰਾ, ਹੱਥੀਂ ਪੈਰੀ ਬੇੜੀਆਂ ਪਾਈਆਂ, ਇਹ ਕਸੂਰੀ ਭਾਰਾ, ਖਾਸੀਆਂ ਫਤਵਾ ਲਾ ਕੇ ਫੜਿਆ ਸ਼ਾਹ ਮਨਸੂਰ ਪਿਆਰਾ। ਆਸ਼ਕ ਅੱਗੋਂ ਉਫ ਨਹੀਂ ਕਰਦਾ, ਸ਼ਰਾ ਅੱਗੇ ਕੀ ਚਾਰਾ। ਲੈ ਵੀ ਸੱਜਣੋ, ਜਿਸ ਘਰ ਵੀ ਇਸ਼ਕ ਬਣ ਗਿਆ, ਦੇਵੇ ਪਾਓ ਜਾੜਾ, ਮਾਰ ਮਾਰ ਕੇ ਠੋਕਰ ਦਿਲ ਨੂੰ ਕਰਕੇ ਨਿਕਲੇ ਕਾਰਾ। ਆਸ਼ਕ ਦਾ ਦਿਲ ਕਦੇ ਨਹੀਂ ਮੁੜਦਾ, ਜ਼ੋਰ ਲਗਾਈਏ ਸਾਰਾ। ਇਸ਼ਕ ਜਿਨ੍ਹਾਂ ਦਾ ਸਾਦਕ ਹੁੰਦਾ ਲੱਭਦੇ ਨਹੀਂ ਸਹਾਰਾ, ਲੱਖ ਲੱਖ ਵਧੀਆਂ ਸੌ ਸੌ ਤਾਨੇ ਆਸ਼ਕ ਸਹਿੰਦੇ ਯਾਰਾ। ਮੁਸ਼ਕਲ ਘਾਟੀ ਔਖਾ ਪੈਂਡਾ, ਵਿੱਚੋਂ ਭੇਤ ਨਿਆਰਾ, ਇਸ ਇਸ਼ਕ ਨੇ ਜ਼ਿਕਰੀਏ ਤਾਈ ਸੀਨੇ ਧਰਿਆ ਆਰਾ। ਯੂਨਸ ਅਲੈਹ ਸਲਾਮ ਨੂੰ ਮਛਲੀ ਦੇ ਪੇਟ ਉਤਾਰਾ, ਮਾਈ ਜ਼ਲੇਖਾ ਯੂਸਫ ਪਿੱਛੇ ਫਿਰਦੀ ਹਾਲ ਅਵਾਰਾ। ਸੁਲੇਮਾਨ ਨੂੰ ਤਖਤੋਂ ਸੁੱਟਿਆ, ਪੱਟ ਚੋਕੇ ਪਟਿਆਰਾ, ਲੱਖਾਂ ਹੀ ਆਸ਼ਕ ਹੋ ਤਰ ਗਏ ਬੇਹੱਦ ਬੇਸ਼ਮਾਰਾ। ਉਹਨੂੰ ਜਿਉਂ ਜਿਉਂ ਕਾਜ਼ੀ ਮਾਰਦੇ ਬੋਲੇ ਬੋਲ ਕਰਾਰਾ, ਅੱਗੇ ਨਾਲੋਂ ਦੂਆ ਹੋ ਕੇ ਦੇਵੇ ਇਸ਼ਕ ਹੁਲਾਰਾ। ਇਸ਼ਕ ਮੁਸ਼ਕ ਨਹੀਂ ਸੁਪਦੇ, ਇੱਕ ਪਮਾ ਲੱਖ ਲੱਖ ਕਰੀਏ ਚਾਰਾ। ਅਨਲ ਹੱਕ ਆਵਾਜ਼ਾਂ ਬੋਲੇ ਮਾਰ ਕੇ ਜਿਗਰੋ ਨਾਰਾ, ਐਨਲ ਹੱਕ ਐਨਲ ਹੱਕ। ਉਸ ਵੇਲੇ ਕਿਹੜੇ ਜਵਾਬ ਕਰਦਾ, ਸਿੱਖ ਆ ਗਈ ਵਿੱਚ। ਰੂਮ ਨੂੰ ਤੂੰ ਜਾਈਂ ਧੋਤਿਆ, ਪੈ ਗਈ ਦੁੱਖਾਂ ਵਿੱਚ ਜਿੰਦੜੀ ਨਿਮਾਣੀ, ਰੂਮ ਨੂੰ ਤੂੰ ਜਾਈਂ ਧੋਤਿਆ। ਉਹ ਕਿਸ ਮੌਕਿਆਂ ਦੀ ਗੱਲ ਸੀਗੀ ਜਨਾਬ? ਤੈਮੂਰ ਬਾਦਸ਼ਾਹ ਦਾ ਪੁੱਤਰ ਢੋਲ ਨੇ ਮਾਰ ਦਿੱਤਾ ਸੀਗਾ, ਉਹਨੇ ਸਾਰੀ ਉਮਰ ਦਾ ਕੈਦੀ ਕਰ ਦਿੱਤਾ, ਅਤੇ ਤੋਤਾ ਉਹਦਾ ਹਮਰਾਹ ਸੀਗਾ। ਇਹ ਅਸੀਂ ਨਹੀਂ ਕਹਿੰਦੇ, ਪਿੱਛੇ ਤੋਂ ਇਹ ਗੱਲ ਤੁਰੀ ਆਈ ਆ ਵੀ ਤੋਤਾ ਉਹਦਾ ਵਜ਼ੀਰ ਸੀਗਾ। ਅਤੇ ਜਦੋਂ ਢੋਲ ਕੈਦ ਖਾਨੇ 'ਚ ਦਾਖਲ ਹੋ ਗਿਆ, ਤੋਤੇ ਨੂੰ ਕਹਿੰਦਾ ਵੀ ਮੇਰੇ ਵਾਰਸਾਂ ਨੂੰ ਜਾ ਕੇ ਖਬਰ ਕਰਦੇ। ਹੁਣ ਉਸੇ ਵੇਲੇ ਤੋਤਾ ਕੀ ਜਵਾਬ ਕਰਦਾ ਅਤੇ ਢੋਲ ਉਹਦੇ ਨਾਲ ਕਿਹੜੇ ਜਵਾਬ ਕਰਦਾ? ਛੱਲੀਆਂ
اللہ دے ولی حضرت شاہ